ਜਸਟ ਟਰਾਈ ਟੂ ਡਾਈਵਰਟ ਅਟੈਂਸ਼ਨ ਕਰਨਾ ਚਾਹੁੰਦੇ ਨੇ ਲੋਕਾਂ ਨੂੰ। ਹਾਂਜੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈਜ਼ ਗਿਵਨ ਓਵਰ 800 ਪੇਜ ਰਿਪੋਰਟ, ਟੋਟਲੀ 100% ਐਕਸੈਪਟਡ ਬਾਏ ਵਿਧਾਨ ਸਭਾ ਨੇ ਅਕਸੈਪਟ ਕਰ ਦਿੱਤਾ। ਉਹ ਠੀਕ ਹੈ, ਇੱਕ ਬੰਦੇ ਨੇ ਵੀ ਵੋਟ ਉਹਦੇ ਖਿਲਾਫ਼ ਨਹੀਂ ਪਾਈ, ਸਿਰਫ਼ ਅਕਾਲੀਆਂ ਨੇ ਵਾਕਆਊਟ ਕਰਤਾ ਸੀ। ਠੀਕ ਹੈ, ਟੋਟਲ ਆਪ ਜਿਹੜੀ ਆਪ ਦੀ ਦੂਜੀ ਪਾਰਟੀ ਹੈ ਉਹਨਾਂ ਨੇ ਵੀ ਕਾਂਗਰਸ 100% ਚਲਾਈ। ਹੁਣ ਇਸ ਤੋਂ ਲੋਕਾਂ ਦਾ ਮਨ ਕਦੇ ਹੋਰ ਲਗਾਉਣਾ ਚਾਹੁੰਦੇ ਨੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਿਹਾ ਸੀ ਫਰਦਰ ਇਨਵੈਸਟੀਗੇਸ਼ਨ ਇਜ਼ ਨੈਸੈਸਰੀ। ਠੀਕ ਹੈ, ਐਂਡ SIT ਸ਼ੁਡ ਬੀ ਫੋਰਮ। ਉਹ SIT ਫੋਰਮ ਹੋ ਗਈ, ਜਿਹੜੇ ਚਾਰ ਪੁਲਿਸ ਆਫਿਸਰ ਤੇ ਉਹਨਾਂ ਨੇ ਕਿਹਾ ਸੀ ਕੇਸਿਸ ਸ਼ੁਡ ਬੀ ਮੇਡ, ਦੇ ਹੈਵ ਬੀਨ ਬ੍ਰੌਟ ਅੰਡਰ ਸੈਕਸ਼ਨ 302। ਅਸਰ ਤਾਂ ਕੋਈ ਛੱਡੀ ਨਹੀਂ। ਅਤੇ ਸਰ SIT ਜਿਹੜੀ ਹੈ ਕੋਈ ਟਾਈਮ ਬਾਊਂਡ ਹੋਏਗਾ ਕਾਰਵਾਈ ਕਰਨ ਦਾ? ਟਾਈਮ ਨਹੀਂ ਤੁਸੀਂ SIT 'ਤੇ ਲਾ ਸਕਦੇ। ਅੱਛਾ ਜੀ, ਬਟ ਦੇ ਆਰ ਆਲ ਵੈਰੀ ਸੀਨੀਅਰ ਪੀਪਲ ਐਂਡ ਦੇ ਨੋ ਦੀ ਪਰਪਸ ਆਫ ਦਾ। ਹੁਣ ਇੱਕ ਵਾਰ ਸਟਾਰਟ ਹੋ ਜਾਏਗਾ ਕੰਮ, ਇਟ ਵਿਲ ਬੀ ਸਾਡਾ ਪੋਲੀਟੀਕਲ ਕੰਮ ਹੈ ਇੱਦਾਂ ਦੇ। ਇਹਨਾਂ ਦੇ ਦੇਖੋ, ਇਹਨਾਂ ਦਾ ਕੰਮ ਹੋਰ ਹੈ, ਇਹਨਾਂ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦਾ ਮਨ ਰਣਜੀਤ ਸਿੰਘ ਕਮਿਸ਼ਨ ਤੋਂ ਹਟੇ। ਐਂਡ ਵੀ ਆਰ ਨੋਟ ਇੰਟਰਸਟਡ ਇਨ ਦੈਟ, ਵੀ ਆਰ ਇੰਟਰਸਟਡ ਇਨ ਆਰ ਓਨ ਪੋਲੀਟਿਕਸ ਐਂਡ ਨੈਚੁਰਲੀ ਐਜ਼ ਅ ਪੋਲੀਟੀਕਲ ਪਾਰਟੀ ਸਾਨੂੰ ਆਪਣੀ ਰੈਲੀਜ਼ ਕਰਨੀ ਹੈ। ਇੱਕ ਗੱਲ ਬਿਆਨ ਦਿੱਤਾ ਬਾਦਲ ਸਾਹਿਬ ਨੇ, ਜੇ ਮੈਨੂੰ ਸੁਖਬੀਰ ਬਾਦਲ ਦੀ ਵੀ ਕੁਰਬਾਨੀ ਦੇਣੀ ਪਈ ਤਾਂ ਮੈਂ ਤਿਆਰ ਹੈਗਾ ਹਾਂ। ਅਤੇ ਕਿਸ ਰਿਲੇਟਡ ਉਹ ਬਿਆਨ ਦੇ ਮੰਗਦਾ ਕੌਣ ਹੈ? ਵਾਰ ਵਾਰ ਇੱਕ ਬਿਆਨ ਦਿੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਪੰਜਾਬ ਦਾ ਮਾਹੌਲ ਖਰਾਬ ਹੈ। ਕੈਸੇ ਖਰਾਬ ਹੋ ਰਿਹਾ? ਪੰਜਾਬ ਤੋਂ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਹੁਣ ਇੱਥੇ ਤੁਹਾਡੇ ਜ਼ੀਰਕਪੁਰ 'ਚ, ਇੰਨੇ ਸਾਲਾਂ ਤੋਂ ਜ਼ਿਆਦਾ ਅਕਾਲੀ ਸੀ, ਇੱਕ ਬਿਲਡਿੰਗ ਨਹੀਂ ਬਣੀ ਵਿਕੀ। ਅਠਾਈ ਹਜ਼ਾਰ ਐਤਕੀ ਵਿਕੀਆਂ ਨੇ ਤੁਹਾਡੀਆਂ। ਬਿਲਕੁਲ ਸਰ, ਸੋ ਪੰਜਾਬ ਇਜ਼ ਮੂਵਿੰਗ। ਇੱਕ ਜ਼ੀਰਕਪੁਰ ਵਾਸਤੇ ਵੀ ਕੋਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ ਕੋਈ ਫੰਡ ਸਪੈਸ਼ਲ ਦੇ ਰਹੇ ਹੋ? ਕਿਉਂਕਿ ਇੱਥੇ ਬਹੁਤ ਬੁਰਾ ਹਾਲ ਹੈ, ਬੁਨਿਆਦੀ ਸਹੂਲਤਾਂ ਦੀ ਘਾਟ, ਇੱਥੇ ਪਾਣੀ ਹਰ ਜਗ੍ਹਾ ਸੜਕਾਂ 'ਤੇ, ਸੜਕਾਂ ਟੁੱਟੀ ਵੀ ਹੈ। ਮੈਂ ਹੁਣੇ ਗੱਲ ਕੀਤੀ ਹੈ ਸਾਹਿਬ ਨਾਲ, ਫ੍ਰੀ ਤੁਹਾਡੇ ਪਾਵਰ ਹਾਊਸਿਸ ਉਹਨੇ ਲੱਗ ਰਹੇ ਨੇ। ਠੀਕ ਹੈ ਜੀ, ਔਰ ਫਰਦਰ ਪਾਵਰ, ਪਾਣੀ ਦੀ ਵੀ ਸ਼ੋਰਟੇਜ ਜੋ ਹੈ ਉਹਨੂੰ ਵੀ ਅਸੀਂ ਪੂਰਾ ਕਰਾਂਗੇ। ਠੀਕ ਹੈ, ਗਰੋਥ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਹੁਣ ਜ਼ੀਰਕਪੁਰ ਦੇ ਵਿੱਚ ਜਦੋਂ ਮੈਂ ਪਹਿਲੀ ਇਲੈਕਸ਼ਨ ਲੜੀ ਹੈ 1970 'ਚ, ਉਦੋਂ 4 ਘਰ ਹੁੰਦੇ ਸੀ। ਬਿਲਕੁਲ, ਹੁਣ ਇੱਥੇ ਦੀ ਆਬਾਦੀ 5 ਲੱਖ ਹੋ ਗਈ। ਪੰਜਾਬ ਸਰਕਾਰ ਦਾ ਨਹਿਰੀ ਵਿਕਸਿਤ ਢਾਂਚਾ ਜ਼ਿਲ੍ਹਾ ਮੋੜੀ ਨੂੰ, ਉਹਦੇ ਵਿੱਚ ਇੱਕ ਬੂੰਦ ਵੀ ਪਾਣੀ ਨਸੀਬ ਨਹੀਂ ਹੁੰਦਾ। ਕਿਹੜਾ? ਪੰਜਾਬ ਸਰਕਾਰ ਦਾ ਜਿਹੜਾ ਨਹਿਰੀ ਵਿਕਸਿਤ ਢਾਂਚਾ। ਦੇਖੋ, ਤੁਹਾਡਾ ਏਰੀਆ ਜਿਹੜਾ ਇਹ ਹੈ ਮੁਹਾਲੀ, ਮੇਰਾ ਹਲਕਾ ਹੁੰਦਾ ਸੀ ਜ਼ੀਰਕਪੁਰ ਐਂਡ ਘਨੌਰ ਔਰ ਇਧਰਲਾ ਪਾਸਾ, ਇਹ ਮੁਹਾਲੀ ਉੱਥੇ ਤੱਕ ਜਾਂਦਾ ਸੀ ਲਾਡੋਪੁਰ ਤੱਕ, ਉਦੋਂ ਹਲਕਾ ਪਟਿਆਲਾ ਜਾਂਦਾ ਸੀਗਾ, ਮੂਲਕ ਤੋਂ ਲੈ ਕੇ ਇੱਥੇ ਸੋਲ ਏਰੀਆ। ਉਸ ਜ਼ਮਾਨੇ 'ਚ ਇੱਥੇ ਤੁਹਾਡੇ ਥੱਲੇ ਪਾਣੀ ਹੈ ਨਹੀਂ, ਅਸੀਂ ਉਦੋਂ ਵੀ ਕਹੀ ਸੀ ਦੈਟ ਵੀ ਨੀਡ ਨਹਿਰ। ਜਦੋਂ ਇਸ ਵਾਇਲ ਕਨਾਲ ਬਣੇ ਆ, ਮੈਂ ਆਪ ਪ੍ਰਾਈਮ ਮਿਨਿਸਟਰ ਨੂੰ ਕਿਹਾ ਸੀ ਉੱਥੇ ਕਿ ਵੀ ਮਸਟ, ਇਸ ਏਰੀਆ ਦੇ ਵਿੱਚ ਨਹਿਰ ਜਾ ਰਹੀ ਹੈ, ਇਟਸ ਅ ਕੈਰੀਅਰ ਕਨਾਲ, ਲੇਕਿਨ ਜਦੋਂ ਤਾਈਂ ਜਦ ਪਾਣੀ ਜਾ ਰਿਹਾ ਲੋਕਾਂ ਕੋਲ ਪਾਣੀ ਹੈ ਨਹੀਂ, ਵੀ ਹੈਵ ਟੂ ਹੈਵ ਸਮ ਅਰੇਂਜਮੈਂਟ ਫੋਰ ਦਿਸ। ਅਸੀਂ ਦਸ਼ਮੇਸ਼ ਕਨਾਲ ਦੀ ਇੱਥੇ ਪਲੈਨਿੰਗ ਕੀਤੀ ਹੈ। ਇਸ ਵੇਲੇ ਇਹ ਪਾਣੀ ਦਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਹੈ ਐਂਡ ਇਨ ਡਿਊ ਕੋਰਸ ਦਸ਼ਮੇਸ਼ ਕਨਾਲ ਵੀ ਅਸੀਂ ਬਣਾਵਾਂਗੇ। ਇੱਕ ਸਰ, ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਦੁਬਾਰਾ ਪੰਜਾਬ ਸੰਗਠਨ ਤਿਆਰ ਕਰ ਰਿਹਾ, ਕੱਲ੍ਹ ਛੋਟੇਪੁਰ ਨਾਲ ਮੀਟਿੰਗ ਕੀਤੀ ਉਹਨਾਂ ਨੇ, ਤੁਹਾਨੂੰ ਕੀ ਲੱਗਦਾ? ਉਹ ਕਰੀ ਜਾਣ ਉਹਨਾਂ ਦਾ ਹੁਣ ਯੁੱਗ ਖਤਮ ਹੋ ਗਿਆ। ਠੀਕ ਹੈ ਸਰ, ਉਹ ਤਾਂ ਦੇ ਆਰ ਨਾਓ ਪਾਸਟ। ਓਕੇ, ਇੱਕ